ਮਹਾਰਾਜ ਇਸੇ ਸੁੰਦਰ ਕੇਸਾਂ ਨੂੰ ਕੰਘਾ ਕਰਨ ਲੱਗ ਪਏ ਨੇ ਕਿਉਂਕਿ ਇਤਿਹਾਸ ਵਿੱਚ ਵੀ ਉਹ ਰਹਿਤ ਨਾਮਿਆਂ ਵੀ ਆਉਂਦਾ ਹੈ ਕੰਘਾ ਦੋਨਾ ਭਗਤ ਪਾਪ ਥੁਨੇ ਕਰ ਬੰਦਈ ਦਾਤ ਨੀਂਦ ਕਰੇ ਨਾ ਦੁੱਖ ਪਾਵੇ ਨੰਦ ਲਾਲ ਜੀ ਇਸ ਤਰ੍ਹਾਂ ਵੀ ਦੋਨੋ ਭਗਤ ਕੰਘਾ ਕਰਨਾ ਹੈ ਪੱਗ ਨੂੰ ਹਮੇਸ਼ਾ ਚੁਣ ਕੇ ਬੰਨਣਾ ਹੈ ਜਿਵੇਂ ਜੋ ਕਿ ਸਮੇਂ ਵਿੱਚ ਬਾਂਦਰ ਟੋਪੀ ਜੀ ਲਈ ਫਿਰਦੇ ਨਾ ਨੌਜਵਾਨ ਇਹਨਾਂ ਨੂੰ ਪਤਾ ਨਹੀਂ ਕੁਝ ਅਸੀਂ ਕਹਿਣਗੇ ਵੀ ਅਸੀਂ ਸਰਦਾਰਾਂ ਦੇ ਪੁੱਤਰ ਗੁਰੂ ਕੇ ਸਿੰਘ ਹੀ ਹੈ ਤੇ ਇਹ ਰਹਿਤ ਨਾਮਿਆਂ ਵਿੱਚ ਗੁਰੂ ਕਰਗੀਧਰ ਜੀ ਨੇ ਵੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਦਸਤਾਰ ਸੋਹਣੀ ਦੁਪਹਿਰ ਪਵਾਰ ਸਾਰੀ ਕਿਰਿਆ ਕਰਕੇ ਫਿਰ ਉਹ ਜਿਹੜੀ ਦਸਤਾਰ ਉਹਨੂੰ ਚੁਣ ਕੇ ਫਿਰ ਬੰਨਣਾ ਤੇ ਇਸੇ ਤਰ੍ਹਾਂ ਦਾਤਣ ਹਮੇਸ਼ਾ ਕਰਨਾ ਜਿਹੜਾ ਇਹ ਕਰਨਾ ਹੈ ਕਹਿੰਦੇ ਉਹ ਦੁੱਖ ਤਕਲੀਫ਼ ਨਹੀਂ ਪਾਏਗਾ ਨਿਰੋਗ ਰਹੇਗਾ ਕਿਉਂਕਿ ਜਿਹੜੀ ਰੋਮਾਂ ਦੀ ਕੇਸਾਂ ਦੀ ਸਫਾਈ ਹੈ ਤੇ ਇਸੇ ਤਰ੍ਹਾਂ ਜਿਹੜੀ ਮੁੱਖ ਦੀ ਸਫਾਈ ਇਹੀ ਦੋਨੋਂ ਨਿਰੋਗਤਾ ਦੇ ਤੰਦਰੁਸਤੀ ਦੇ ਚਿੰਨ੍ਹ ਨੇ ਜਿਹੜਾ ਮਨੁੱਖ ਇਹ ਦੋਵੇਂ ਕਰਦਾ ਹੈ ਹਜ਼ਾਰਾਂ ਬਿਮਾਰੀਆਂ ਤੋਂ ਵੀ ਬਚ ਰਹਿੰਦਾ ਹੈ ਜਿਹਦੇ ਸਿਰ ਤੇ ਕੇਸ ਹੀ ਨਹੀਂ ਉਸਨੇ ਕੰਘਾ ਕੀ ਰੱਖਣਾ ਤੇ ਵਾਹਣਾ ਕੀ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੀ ਮਨਮੁੱਖ ਤੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਉਹ ਮਨਮੁੱਖ ਹੀ ਹੈ ਜਿਵੇਂ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਮੱਕੇ ਮਦੀਨੇ ਗਏ ਨੇ ਉਸ ਵੇਲੇ ਕਿਹਾ ਕਿ ਮਹਾਰਾਜ ਰੋਮਾਂ ਵਿਭਾਗ ਤਾਂ ਆਪ ਜੀ ਦੇ ਕੀ ਵਿਚਾਰ ਨੇ ਕਿਉਂਕਿ ਜਿਹੜੇ ਹਿੰਦੂ ਲੋਕ ਹੈ ਛੋਟਾ ਜਿਹਾ ਕਬੂਤਰ ਜਿਹਾ ਰੱਖ ਲੈਂਦੇ ਆ ਬਾਕੀ ਸਭ ਕੋਈ ਚੱਕਰ ਕਰਦੇ ਸਾਡੇ ਵੀ ਕਿਸੇ ਤਰ੍ਹਾਂ ਸਿਰ ਤੇ ਕੇਸ ਤਾਂ ਹੁੰਦੇ ਤੇ ਦਾੜਾ ਵੀ ਹੁੰਦਾ ਲੇਕਿਨ ਜਿਹੜੇ ਮੁੱਛਾਂ ਮੁੱਛਾਂ ਦੀ ਮਾਰਾ ਅਸੀਂ ਮੂਹਰੋਂ ਮੂਹਰੋਂ ਮਨਾ ਦਿੰਦੇ ਹਾਂ ਛਾਤੀ ਦੇ ਰੋਮਾਂ ਦੀ ਥੋੜ੍ਹੀ ਜਿਹੀ ਅਸੀਂ ਵੀ ਅਦਬੀ ਕਰਦੇ ਤੇ ਤੁਸੀਂ ਮਾਰੇ ਫਿਰ ਮੁਸਲਮਾਨ ਨੂੰ ਤਰਜੀਹ ਦਿੰਦੇ ਕਿ ਇਹ ਜਿਹੜੇ ਕੋਈ ਕਰਨ ਵਾਲੇ ਸਭ ਕੁਛ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਬੁਖਾਰ ਬਿੰਤ ਜੋ ਬਚਨ ਕਹੇ ਸੀ ਉਹ ਭਾਈ ਵਾਲੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਕਿ ਉਹ ਧਿਆਨ ਨਾਲ ਸਾਨੂੰ ਉਸ ਪੜ੍ਹ ਕੇ ਇੱਥੇ ਯਾਦ ਰੱਖਣੀ ਚਾਹੀਦੀ ਹੈ ਜੇ ਕੋਈ ਯਾਦ ਰੱਖੇ ਉਹ ਤਾਂ ਨਹੀਂ ਕੇਸਾਂ ਦੀ ਬੇਅਦਬੀ ਕਰ ਰਹੇ ਗੁਰੂ ਮਹਾਰਾਜ ਨੇ ਫਿਰ ਕਿਉਂਕਿ ਸੱਚਵਾਦੀ ਸੀ ਕਹਿ ਦਿੱਤੇ ਕਹਿੰਦੇ ਸਾਬਤ ਸੂਰਤ ਰੱਬ ਦੀ ਭੰਨੇ ਦੇਈ ਮਾਨ ਦਰਗਾਹ ਢੋਈ ਨਾਲ ਹੈ ਕਾਫਰ ਕੁੱਤਾ ਸ਼ੈਤਾਨ ਮੁਸਲਮਾਨੋ ਅੱਲਾਹ ਤਾਲਾ ਦੀ ਬਖਸ਼ੀ ਹੋਈ ਸਾਬਤ ਸੂਰਤ ਹੈ ਸ਼ਕਲ ਸੂਰਤ ਹੈ ਜਿਹੜਾ ਕੋਈ ਉਹਨੂੰ ਭੰਨਦਾ ਨਾ ਤੋੜਦਾ ਕਿਸੇ ਰੂਪ ਵਿੱਚ ਵੀ ਅੰਮਾ ਦੀ ਬੇਅਦਬੀ ਮੰਨਦਾ ਉਹ ਤਾਂ ਬੇਈਮਾਨ ਹੈ ਬੇਈਮਾਨਾ ਹੈ ਬੇਧਰਮਾ ਹੈ ਅਗਲੀ ਦਰਗਾਹ ਵਿੱਚ ਢੋਈ ਨਹੀਂ ਲਹੇਗਾ ਉਹ ਤਾਂ ਕਾਫਰ ਹੈ ਉਹ ਤਾਂ ਕੁੱਤਾ ਹੈ ਉਹ ਤਾਂ ਸ਼ੈਤਾਨ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਦੇ ਬਚਨ ਹੈ ਕਈ ਵਾਰੀ ਇਹ ਸੁਣ ਕੇ ਨਾ ਕਈਆਂ ਨੂੰ ਬਹੁਤ ਗੁੱਸਾ ਹੁੰਦਾ ਕਿ ਕਿਸੇ ਨੂੰ ਕਹਿ ਦੇਣਾ ਵੀ ਤੂੰ ਕੁੱਤੇ ਥੱਲੇ ਤੂੰ ਤਾਂ ਕਾਫਰ ਹੈ ਤੂੰ ਤਾਂ ਸ਼ੈਤਾਨ ਹੈ ਜੋ ਕੁਛ ਕਹਿਣਾ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਕਹਿ ਲਓ ਉਹ ਕਹਿੰਦੇ ਵੀ ਹੈ ਕਿ ਜਿਹੜੇ ਸ਼ਕਲ ਸੂਰਤ ਵਿਗਾੜਦੇ ਆ ਤਾਂ ਕਾਫਰ ਤੇ ਕੁੱਤੇ ਤੇ ਸ਼ੈਤਾਨ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਸੱਚਵਾਦੀ ਸਨ ਉਹਨਾਂ ਨੇ ਕਿਸੇ ਨੂੰ ਨਿੱਖ ਬਖਸ਼ਿਆ ਹੈ ਭਾਵੇਂ ਕੌਡਾ ਰਾਖੀ ਭਾਵੇਂ ਸੱਜਣ ਸਗਰੀ ਭਾਵੇਂ ਭੂਮੀਆਂ ਚੋਰ ਸੀ ਭਾਵੇਂ ਮਲਕ ਭਾਗੋ ਸੀ ਭਾਵੇਂ ਹਾਊਸ ਦਾ ਰਾਜਾ ਸੀ ਉਹਦੇ ਸਾਹਮਣੇ ਸੱਚ ਕਹਿ ਦਿੱਤਾ ਹੈ ਉਹ ਕਈ ਵਾਰੀ ਕਹਿੰਦੇ ਨਾ ਵੀ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਹੀਂ ਸਿੱਖ ਅਸੀਂ ਗੁਰੂ ਨਾਨਕ ਦੇ ਗੁਰੂ ਨਾਨਕ ਨੇ ਤਾਂ ਭਾਈ ਮਰਦਾਨੇ ਦਾ ਉਹ ਮਾਨ ਨਾਮ ਮਰਜ਼ਾਦਾ ਰੱਖਿਆ ਹੋਇਆ ਸੀ ਇਹਦੇ ਵਿੱਚ ਸਿਰ ਮੂੰਹ ਐਸਾ ਹੀ ਸੀਗਾ ਬਿਲਕੁਲ ਰੋਮ ਹੈ ਨਹੀਂ ਸੀ ਤੇ ਬੱਚਿਆਂ ਵੇਖ ਰਿਹਾ ਸੀ ਤੇ ਮਾਂ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਮਰ ਜਾਣੇ ਕਿੱਥੇ ਹੈ ਮਰ ਜਾਣਾ ਕਿੱਥੇ ਹੈ ਤੂੰ ਤੇ ਗੁਰੂ ਨਾਨਕ ਸਾਹਿਬ ਜੀ ਵੇਖ ਕੇ ਕਹਿਣ ਲੱਗੇ ਮਾਤਾ ਇਹ ਕਿਹਨੂੰ ਤੂੰ ਬੁਲਾਨੀ ਹੈ ਕਹਿੰਦੇ ਮਹਾਰਾਜ ਮੇਰਾ ਪੁੱਤਰ ਹੈ ਕਹਿੰਦੇ ਫਿਰ ਮਰ ਜਾਣਾ ਕਿਉਂ ਕਹਿੰਦੀ ਹੈ ਉਸ ਵੇਲੇ ਹੱਥ ਜੁੜ ਕੇ ਕਿਹਾ ਮਹਾਰਾਜ ਮੈਂ ਇਹ ਪੁੱਤਰ ਦਾ ਨਾਮ ਹੀ ਮਰ ਜਾਣਾ ਰੱਖਿਆ ਹੋਇਆ ਹੈ ਕਹਿੰਦੇ ਕਾਰਨ
اتنے مرے تو بغیر چھ مر چکے نے تے ہن میرا پتہ ہے بھی انہیں کدھر رہنا انہیں بھی مر جانا اس کا نام ہی میں مر جانا رکھ دیتا ہے گرو نانک صاحب بھی کہنے لگے بھی یار ماتا جی کے سر تے کیس رکھ یہ نہیں مرے گا یہ نام اسی مردانہ رکھ دے بھی مردہ نہیں ہے یہ نہیں مرے گا یعنی جڑے کوئی مراسیاں دے بچے سی انہوں نے بھی گرو نانک صاحب جی نے پریئر کر کر کے کیس رکھائے تھے اسی ویک لو گرو کے سکھ ہو کے سردار بچے ہو کے کدھر جا رہے ہاں باندر ٹوپیاں جی لے کے اسی سمجھنے پتا نہیں کنے بڑے اسی سردار بن گئے بن تو اسی سارے بابو رہے ہاں کوئی ریلے وچ دو برا بیٹھے ہوئے یاترا کر رہے سفر کر رہے سن کسی کا کوئی وہ متر آیا ہے جان پچھان سی اس نے آ کے سردار جی سات شری اکال کول وہ دوجا برا بیٹھا سی وہ سر منہ سے کہنی کچھ سی ان کہنے لگا بابو جی رام رام وہ کھائیے کدے کدھر مینو بابو جی رام رام یہ کہنا سردار جی سات شری اکال مینو کی پتا ہوں میں تو تیری شکل سور دیکھ کے ہی کہنا نا کہنا میں یہ برا ہے کہ میں نہیں سردار کہ نہیں تو نہیں سردار میرے کو سرداری ہے نہیں نہ سر پہ ہے گی نہ منہ پہ ہے گی یا تو بابو رام ہی ہے یعنی یہ جی سرداری ہے نا یہ تو سر تے کیس ہے موت مکتے داڑا ہے یہ تو سردار ہے نہیں تو پھر بابو جی ہے اس کر کے انہیں کیسان سنوا کے رکھنے چاہیے کیسان کر کے تو وگیانی کہتے منک بڑا دیرگ دشٹی والا لمبی سوچ والا ہوں کیسان کی بےعدبی کر کے منک بہت نیوی سوچ والا بڑ جاتا ہے تو اپنے تک نربھر رہے گا دوسرے لی بالکل نہیں سوچے گا.